ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ 2 ਦਾ ਅੱਜ 25ਵਾਂ ਦਿਨ ਹੈ। 25 ਦਿਨ ਤੋਂ ਅੰਦੋਲਨ ਚੱਲ ਰਿਹਾ, ਅੱਜ ਮਹਿਲਾ ਦਿਵਸ ਵੀ ਇੱਥੇ ਮਨਾਇਆ ਗਿਆ। ਤਾਂ ਅਕਸਰ ਸਾਡੇ ਜ਼ਿਹਨ 'ਚ ਆਉਂਦਾ ਕਿ ਇੰਨੇ ਦਿਨ ਤੋਂ ਜਦੋਂ ਸੜਕਾਂ ਤੇ ਇਸ ਤਰ੍ਹਾਂ ਦੇ ਅੰਦੋਲਨ ਚੱਲ ਰਹੇ ਹੋਣ, ਮੋਰਚੇ ਚੱਲ ਰਹੇ ਹੋਣ, ਤਾਂ ਉੱਥੇ ਹਾਲਾਤ ਕੀ ਹੋਣਗੇ, ਖਲਾਰਾ ਬੜਾ ਪੈ ਗਿਆ ਹੋਵੇਗਾ। ਪਰ ਤੁਹਾਨੂੰ ਹੁਣ ਮੈਂ ਉਹ ਤਸਵੀਰ ਦਿਖਾਉਣਾ, ਇੱਧਰ ਸੱਜੇ ਪਾਸੇ ਨਜ਼ਰ ਮਾਰ ਲਓ। ਇੱਥੇ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਤੱਕ ਵੱਡੀ ਗਿਣਤੀ 'ਚ ਬੀਬੀਆਂ ਦਾ ਇਕੱਠ ਸੀ, ਕਿਸਾਨਾਂ ਦਾ ਇਕੱਠ ਸੀ, ਸਾਹਮਣੇ ਮੰਚ ਲੱਗਿਆ ਹੋਇਆ। ਤੁਹਾਨੂੰ ਇੱਥੇ ਕਿਤੇ ਕੋਈ ਕਿਣਕਾ ਤੱਕ ਨਜ਼ਰ ਨਹੀਂ ਆਏਗਾ, ਕੋਈ ਫਾਲਤੂ ਤੁਹਾਨੂੰ ਇੱਥੇ ਗੰਦ ਖਿਲ ਰਿਹਾ ਨਜ਼ਰ ਨਹੀਂ ਆਏਗਾ। ਤਾਂ ਇਹ ਸਫਾਈ ਇੱਥੇ ਕਿਵੇਂ ਹੁੰਦੀ ਆ, ਕਿਵੇਂ ਹੋ ਰਹੀ ਹੈ ਅਤੇ ਕੌਣ ਕਰ ਰਿਹਾ, ਉਹ ਵੀ ਤਸਵੀਰ ਤੁਹਾਨੂੰ ਦਿਖਾ ਦਿੰਦਾ। ਪਿੱਛੇ ਨਜ਼ਰ ਮਾਰ ਲਓ, ਤੁਹਾਨੂੰ ਇਹ ਲੋਕ ਇੱਥੇ ਸਫਾਈ ਕਰਦੇ ਨਜ਼ਰ ਆਉਣਗੇ। ਸ਼ਾਇਦ ਇਹੀ ਪੰਜਾਬੀਅਤ ਹੈ, ਇਹੀ ਪੰਜਾਬੀਆਂ ਦਾ ਸੁਭਾਅ ਹੈ ਕਿ ਕਿਤੇ ਜਿਸ ਤਰ੍ਹਾਂ ਦੀ ਵੀ ਸੇਵਾ ਦੀ ਲੋੜ ਹੁੰਦੀ ਹੈ ਤਾਂ ਉੱਥੇ ਇਸ ਤਰ੍ਹਾਂ ਦੇ ਲੋਕ ਮੌਜੂਦ ਹੁੰਦੇ ਨੇ। ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਖਲਾਰਾ ਪਾਉਣ ਵਾਲੇ ਵੀ ਬਥੇਰੇ ਹੁੰਦੇ ਆ ਤਾਂ ਸਫਾਈ ਕਰਨ ਵਾਲੇ ਬਥੇਰੇ ਆ। ਤਾਂ ਇਹ ਤਸਵੀਰ ਹੁਣ ਇਹ ਤਸਵੀਰ ਤੁਹਾਨੂੰ ਮੈਂ ਅੱਜ ਦਿਖਾਉਣ ਲੱਗਾ, ਹਾਲਾਂਕਿ ਅੱਜ 25ਵਾਂ ਦਿਨ ਹੈ। ਤਾਂ ਇਹ ਲੋਕ ਅੱਜ ਇੱਥੇ 25ਵੇਂ ਦਿਨ ਨਹੀਂ ਆਏ। ਖਾਸ ਗੱਲ ਇਹ ਹੈ ਕਿ ਮੈਂ ਲਗਾਤਾਰ ਇੱਥੇ ਇਹ ਤਸਵੀਰਾਂ ਦੇਖ ਰਿਹਾ, ਪਿਛਲੇ 25 ਦਿਨ ਤੋਂ ਇਹੀ ਪਰਿਵਾਰ, ਇਹੀ ਲੋਕ ਹਰ ਰੋਜ਼ ਇੱਥੇ ਆਉਂਦੇ ਨੇ, ਸ਼ਾਮ ਦੇ ਵੇਲੇ ਆਉਂਦੇ ਨੇ। ਔਰ ਜਿੰਨੀ ਇੰਨੇ ਦਿਨਾਂ ਦੇ ਵਿੱਚ ਮੈਨੂੰ ਇਹਨਾਂ ਬਾਰੇ ਜਾਣਕਾਰੀ ਆ, ਇਹ ਪਰਿਵਾਰ ਲੁਧਿਆਣੇ ਤੋਂ ਆਉਂਦਾ ਅਤੇ ਉਸ ਤੋਂ ਇਲਾਵਾ ਇੱਕ ਨੇੜੇ ਦੇ ਪਰਿਵਾਰ, ਇੱਕ ਮਾਵਾਂ ਧੀਆਂ, ਉਹ ਵੱਖਰੀਆਂ ਆਉਂਦੀਆਂ ਨੇ। ਇਹ ਲੋਕ ਇੱਥੇ ਰੋਜ਼ ਆਉਂਦੇ ਨੇ ਔਰ ਸਫਾਈ ਕਰਦੇ ਨੇ। ਤਾਂ ਇਹ ਤਸਵੀਰਾਂ ਇੱਧਰ ਆਂਟੀ ਜੀ ਬੁੱਲਾ ਦਾ, ਸਤਿ ਸ਼੍ਰੀ ਆਂਟੀ ਜੀ, ਤੁਸੀਂ ਚਲੋ ਇਸ ਪਰਿਵਾਰ ਦੇ ਸਾਰਿਆਂ ਤੋਂ ਵੱਡੇ ਵੀ ਹੋ, ਅਗਵਾਈ ਵੀ ਕਰ ਰਹੇ ਹੋ। ਮੈਂ ਦੇਖ ਰਿਹਾ 25 ਦਿਨ ਤੋਂ ਅਕਸਰ ਇੱਕ ਸ਼ੌਂਕ ਜ਼ਰੂਰ ਹੁੰਦਾ ਲੋਕਾਂ ਨੂੰ ਕਿ ਚੱਲ ਖਬਰ ਲੱਗ ਜੇ, ਫੋਟੋ ਆ ਜੇ, ਵੀਡੀਓ ਬਣ ਜੇ, ਉਹ ਇੱਕ ਅੱਧਾ ਦਿਨ ਘੰਟਾ ਘੜੀ ਕਰਦੇ ਆ ਤੇ ਚਲੇ ਜਾਂਦੇ ਆ। ਤੁਹਾਨੂੰ ਮੈਂ 25 ਦਿਨਾਂ ਤੋਂ ਦੇਖ ਰਿਹਾ, 25 ਦਿਨਾਂ ਤੋਂ ਇੱਦਾਂ ਹੀ ਸਫਾਈ ਚੱਲ ਰਹੀ ਹੈ, ਕੋਈ ਫੋਟੋ ਖਿੱਚੇ ਨਾ ਖਿੱਚੇ, ਪਰ ਤੁਹਾਡੀ ਸੇਵਾ ਚੱਲ ਰਹੀ ਹੈ। ਬਿਲਕੁਲ ਵੀਰ ਜੀ, ਬਿਲਕੁਲ, ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਵੀਰ ਜੀ, ਇਹ ਸਾਡਾ ਇੱਕ ਫਰਜ਼ ਹੈ, ਸਾਡਾ ਇੱਕ ਮਤਲਬ ਕਿ ਇੱਕ ਲੇਡੀਜ਼ ਦਾ, ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਸਿਰਫ ਲੜਾਈ ਸਾਡੇ ਕਿਸਾਨਾਂ ਦੀ ਆ ਜਾਂ ਇੱਕ ਜੈਂਟਸ ਦੀ ਆ, ਇਹ ਲੜਾਈ ਸਾਡੇ ਵਜੂਦ ਦੀ ਹੈ, ਇੱਕ ਲੜਾਈ ਸਾਡੀ ਹੋਂਦ ਦੀ ਹੈ। ਇਹਦੇ ਵਾਸਤੇ ਸਾਨੂੰ ਸਾਡੇ ਘਰ ਦੇ ਵਿੱਚ ਜਿੰਨੇ ਵੀ ਬੱਚੇ ਆ ਜਾਂ ਬਜ਼ੁਰਗ ਆ ਜਾਂ ਵੱਡੇ ਆ, ਸਾਨੂੰ ਰਲ ਮਿਲ ਕੇ ਯੋਗਦਾਨ ਪਾਉਣਾ ਚਾਹੀਦਾ ਤਾਂ ਕਿ ਅਸੀਂ ਆਪਣਾ ਇਹ ਮੋਰਚਾ ਫਤਿਹ ਕਰ ਸਕੀਏ। ਅੱਛਾ, ਤੁਸੀਂ ਵੈਸੇ ਕਰਦੇ ਕੀ ਹੋ, ਤੁਹਾਡਾ ਪਰਿਵਾਰ ਕਾਰੋਬਾਰ ਕੀ ਹੈ? ਵੀ ਜੀ, ਕਿਸਾਨੀ, ਮੇਰੇ ਫਾਦਰ ਸਾਹਿਬ ਵੀ ਕਿਸਾਨ ਸੀਗੇ, ਜ਼ਮੀਨ ਸਾਡੀ, ਔਰ ਮੇਰੇ ਦਾਦਾ ਜੀ ਵੀ, ਜਿਨ੍ਹਾਂ ਨੂੰ ਅਸੀਂ ਦੇਖਿਆ, ਤੇ ਫਾਦਰ ਸਾਹਿਬ ਨਾਲ ਔਰ ਦਾਦਾ ਜੀ ਨਾਲ ਤਾਂ ਅਸੀਂ ਕਿਸਾਨੀ ਦੇ ਵਿੱਚ ਹੱਥ ਵਟਾਇਆ ਹੈ। ਜਿਵੇਂ ਪਿੱਛੇ ਲੋਕੀ ਕੁੜੀਆਂ ਖੇਤਾਂ ਵਿੱਚ ਰੋਟੀਆਂ ਲੈ ਕੇ ਜਾਣੀਆਂ, ਨਰਮੇ ਚੰਗਣੇ, ਮਿਰਚਾਂ ਚੁਗਣੇ, ਇਹ ਅਸੀਂ ਕੀਤਾ ਹੈ, ਤੇ ਹੁਣ ਵੀ ਮੇਰੇ ਹਸਬੈਂਡ ਜਿਹੜੇ ਉਹ ਖੇਤੀਬਾੜੀ ਨਾਲ ਜੁੜੇ ਹੋਏ ਆ। ਅੱਛਾ, ਮੈਂ ਹਰ ਰੋਜ਼ ਪਰਿਵਾਰ ਕਿਵੇਂ ਮੈਨੇਜ ਕਰਦਾ? ਤੁਸੀਂ ਹਰ ਰੋਜ਼ ਆਉਣੇ ਹੋ ਬੈਨਾਗਾ ਆ ਕੇ, ਤੁਹਾਡਾ ਬੇਟਾ, ਤੁਹਾਡਾ ਬੇਟਾ ਹੈ, ਉਹ ਮੇਰੀ ਬੇਟੀ ਹੈ, ਸਾਰਾ ਪਰਿਵਾਰ ਤੁਹਾਡਾ, ਕੋਈ ਮੈਨੂੰ ਮਿਲ ਜਾਂਦੇ, ਇਹ ਵੀ ਸਾਡਾ ਸਾਥ ਸਹਿਯੋਗ ਦਿੰਦੇ ਆ। ਇੱਕ ਇਹਨਾਂ ਦੀ ਬੇਟੀ, ਉਹ ਮੇਰੀ ਨੌਂ ਹੈ, ਔਰ ਮੇਰੀਆਂ 2 ਭਾਂਜੀਆਂ, ਇੱਕ ਮੇਰੀ ਭਤੀਜੀ ਹੈ, ਸਾਰਾ ਸਾਡਾ ਪਰਿਵਾਰ। ਇਹ ਹਰ ਰੋਜ਼ ਕਿਵੇਂ ਟਾਈਮ ਮੈਨੇਜ ਕਰਦੇ? ਅੱਜ ਕੱਲ੍ਹ ਤਾਂ ਘਰੇ ਵੀ ਕੰਮ ਕਹਿੰਦੇ ਮਸਾਂ ਹੁੰਦਾ, ਤੇ ਕੁੜੀਆਂ ਤਾਂ ਘਰੇ ਵੀ ਕਈ ਵਾਰੀ ਕਹਿੰਦੀਆਂ ਜੀ ਥੱਕ ਗਈਆਂ। ਵੀਰ ਜੀ, ਇੱਕ ਗੱਲ ਦੇਖੋ, ਜਿੰਨੇ ਕੁ ਆਪਣੇ ਕਿਸਾਨ ਲੱਖਾਂ ਦੀ ਤਾਦਾਦ ਵਿੱਚ ਬੈਠੇ ਹੋਏ ਆ, ਤੁਹਾਨੂੰ ਲੱਗਦਾ ਕਿ ਵਿਹਲੇ ਆ? ਸਾਰੇ ਕੰਮ ਕਾਜ ਵਾਲੇ ਆ ਨਾ, ਫਿਰ ਤੁਸੀਂ ਇਹ ਦੇਖੋ, ਆਪਣੀ ਖੇਤੀਬਾੜੀ ਛੱਡ ਕੇ, ਆਪਣੇ ਘਰ ਛੱਡ ਕੇ, ਆਪਣੇ ਬੱਚੇ ਛੱਡ ਕੇ, ਉਹ ਇੱਥੇ ਰੋਡਾਂ ਦੇ ਉੱਪਰ ਟਰਾਲੀਆਂ ਵਿੱਚ ਰਹਿਣਾ ਕੋਈ ਇੰਨਾ ਆਸਾਨ ਨਹੀਂ ਹੈ। ਜਦੋਂ ਮੈਂ ਪਹਿਲੇ ਦਿਨ ਦੇਖਿਆ ਸੀਗਾ, ਮੈਂ 14 ਤਰੀਕ ਨੂੰ ਇੱਥੇ ਆਈ ਸੀਗੀ, ਤਾਂ ਮੇਰਾ ਮੂਡ ਬਹੁਤ ਖਰਾਬ ਹੋ ਗਿਆ ਸੀਗਾ, ਕਿਉਂਕਿ ਇਹ ਜਿਹੜੀ ਮੈਨੂੰ ਖੁਦ ਇੱਥੇ ਆ ਕੇ ਅੱਛਾ ਨਹੀਂ ਲੱਗਿਆ ਸੀ, ਕਿਉਂਕਿ ਗੰਦਗੀ ਬਹੁਤ ਸੀਗੀ, ਡਿਸਪੋਜ਼ੇਬਲ ਫਸਟ ਡੇ ਸੀ, ਇਸ ਕਰਕੇ ਭੀੜ ਵੀ ਬਹੁਤ, ਲੰਗਰ ਬਹੁਤ ਲੱਗਦੇ ਆ, ਸੰਗਤ ਬਹੁਤ ਆਉਂਦੀ ਆ, ਮੇਰੇ ਅੱਗੇ ਖਾ ਕੇ ਸਿੱਟ ਜਾਂਦੇ। ਹਾਂਜੀ, ਫਸਟ ਡੇ ਤੋਂ ਜਦੋਂ ਮੈਂ ਉੱਥੇ ਬੈਠੀ ਸੀ ਤਾਂ ਮੇਰਾ ਮੂਡ ਖਰਾਬ ਹੋ ਗਿਆ ਸੀ, ਤਾਂ ਮੈਂ ਘਰੇ
ਗਈ। ਉਸ ਟਾਈਮ ਮੈਂ ਕੁਛ ਨਹੀਂ ਬੋਲੀ, ਲੇਕਿਨ ਮੈਂ ਆਪਣੇ ਬੱਚਿਆਂ ਨਾਲ ਗੱਲ ਕੀਤੀ ਵੀ ਆਪਾਂ ਨੂੰ ਅਗਰ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਉੱਥੇ ਸਫਾਈ 'ਚ ਪਾਉਣਾ ਚਾਹੀਦਾ ਜਿਹਦੀ ਘਾਟ ਹੈ। ਅਤੇ ਮੈਨੂੰ ਲੱਗਦਾ ਉਸ ਪਰਮਾਤਮਾ ਨੇ ਮੇਰੀ ਡਿਊਟੀ ਲਗਾਈ ਹੈ ਅਤੇ ਮੇਰੀ ਕੋਸ਼ਿਸ਼ ਹੈ ਕਿ ਜਦ ਤੱਕ ਧਰਨਾ ਚੱਲੇ ਤਾਂ ਮੈਂ ਇਹਨਾਂ ਦੇ ਨਾਲ ਰਵਾਂ। ਬਾਕੀ ਉਸ ਵਾਹਿਗੁਰੂ ਦੇ ਇਹ ਹੈ ਜੀ ਸੇਵਾ। ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਇੱਕ ਅੱਧਾ ਦਿਨ ਘੰਟਾ ਘੜੀ ਫੋਟੋ ਖਿਚਾਉਣ ਅਤੇ ਵੀਡੀਓ ਬਣਵਾਉਣ ਤਾਂ ਅਕਸਰ ਲੋਕ ਆ ਜਾਂਦੇ ਆ, ਪਰ ਮੈਂ ਇਹਨਾਂ ਨੂੰ ਪਿਛਲੇ 25 ਦਿਨ ਤੋਂ ਲਗਾਤਾਰ ਵੇਖ ਰਿਹਾ। ਉਸੇ ਤਰ੍ਹਾਂ ਇਹ ਆਂਟੀ ਜੀ ਨੇ, ਇਹ ਆਪਣੀ ਧੀ ਦੇ ਨਾਲ ਮੈਂ ਰੋਜ਼ ਦੇਖਦਾ ਇੱਥੇ ਸੇਵਾ ਕਰਦੇ ਹੋ, ਤੁਹਾਡਾ ਤਾਂ ਤੁਸੀਂ ਦੱਸ ਰਹੇ ਸੀ ਪਿੰਡ ਵੀ ਨੇੜੇ ਆ, ਤੁਸੀਂ ਵੀ ਹਰ ਰੋਜ਼? ਹਾਂਜੀ ਅਸੀਂ ਵੀ ਇੱਥੇ ਸੇਵਾ ਤੇ ਡਟੇ ਹੋਏ। ਅੱਛਾ, ਰੋਜ਼ ਤੁਸੀਂ ਆ ਜਾਂਦੇ ਆ ਸਵੇਰੇ? ਅਸੀਂ ਸਵੇਰੇ 8 ਵਜੇ ਆ ਜਾਂਦੇ ਇੱਥੇ, ਅਸੀਂ 8 ਵਜੇ 7 ਵਜੇ ਜਾਣਾ ਜਦੋਂ ਅਰਦਾਸ ਹੋਣੀ ਉਦੋਂ ਜਾਣਾ। ਅੱਛਾ, ਤੇ ਜੋ ਤੁਸੀਂ ਡੇਲੀ ਡਿਊਟੀ ਵਾਲਿਆਂ ਨੂੰ ਆ ਜਾਂਦੇ ਆ, ਕੋਈ ਕਹਿੰਦਾ ਨਹੀਂ ਵੀ ਤੁਸੀਂ ਭਾਈ ਘਰ ਦਾ ਕੰਮ ਛੱਡ ਕੇ ਉਧਰ ਪਹੁੰਚ ਜਾਂਦੇ ਹੋ? ਨਹੀਂ, ਸਾਡਾ ਜ਼ਰੂਰੀ ਆਉਣਾ ਇੱਥੇ, ਵੇ ਸਾਨੂੰ ਜਾਪਦਾ ਹੀ ਨਹੀਂ, ਸਾਡਾ ਘਰ ਜੀ ਨਹੀਂ ਲੱਗਦਾ ਜਿੰਨੇ ਚਿਰ ਅਸੀਂ ਇੱਥੇ ਆਈਏ ਨਾ। ਸਾਨੂੰ ਘਰ ਦੇ ਕੰਮ ਦਾ ਕੋਈ ਪਰਵਾਹ ਨਹੀਂ ਹੈਗੀ, ਸਾਨੂੰ ਇਹਨਾਂ ਵੀਰਾਂ ਨਾਲ ਖੜਨ ਦਾ ਬਹੁਤ ਜ਼ਰੂਰੀ ਹੈ। ਤਾਂ ਇਹ ਇਹ ਤਸਵੀਰਾਂ ਨੇ ਜੀ, ਤੁਸੀਂ ਦੇਖੋ ਆਹ ਪਿੱਛੇ ਨਜ਼ਰ ਮਾਰ ਲਓ, ਆਹ ਪਿੱਛੇ ਕੁੜੀਆਂ ਲੱਗੀਆਂ ਹੋਈਆਂ ਨੇ, ਆਂਟੀ ਦੀਆਂ ਭਾਣਜੀਆਂ, ਆਂਟੀ ਦੀ ਬੇਟੀ, ਇਹਨਾਂ ਦੀ ਨੂੰਹ ਹੈ, ਇੱਕ ਨਿੱਕਾ ਜਿਹਾ ਬੱਚਾ ਵੀ ਇਹਨਾਂ ਦੇ ਨਾਲ ਤੁਹਾਨੂੰ ਨਜ਼ਰ ਆਏਗਾ। ਮੈਂ ਅੱਗੇ ਵੀ ਤਸਵੀਰਾਂ ਦੇਖਦਾ ਰਿਹਾ, ਨਿੱਕਾ ਜਿਹਾ ਬੱਚਾ ਵੀ ਇਹਨਾਂ ਦਾ ਨਾਲ ਉਸੇ ਤਰ੍ਹਾਂ ਸਫਾਈ ਕਰਦਾ। ਤਾਂ ਇਹ ਕਿਉਂਕਿ ਜਿੱਦਾਂ ਕਹਿੰਦੇ ਵੀ ਜਿੱਦਾਂ ਬੱਚੇ ਦੇਖਦੇ ਆ ਪਰਿਵਾਰ ਦੇ ਵਿੱਚ ਉਦਾਂ ਦੇ ਬੱਚੇ ਹੋ ਜਾਂਦੇ ਆ। ਤਾਂ ਇਹ ਲੁਧਿਆਣੇ ਤੋਂ ਪਰਿਵਾਰ ਆਉਂਦਾ, ਹਰ ਰੋਜ਼ ਆਉਂਦਾ, ਔਰ 25 ਦਿਨ ਤੋਂ ਮੈਂ ਇਹ ਤਸਵੀਰ ਦੇਖ ਰਿਹਾ। ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ, ਫੋਟੋ ਖਿਚਾਉਣ ਵਾਲੀ ਗੱਲ ਵੱਖਰੀ ਹੁੰਦੀ ਹੈ, ਪਰ ਮੈਂ ਅੱਜ ਇਹਨਾਂ ਨੂੰ 25 ਦਿਨਾਂ ਬਾਅਦ ਅੱਜ ਇਹਨਾਂ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣ ਲੱਗਾ ਕਿ 25 ਦਿਨ ਤੋਂ ਮੈਂ ਦੇਖ ਰਿਹਾ ਇਹ ਜਿਹੜੀ ਹੈ ਇਹ ਸੇਵਾ ਇੱਥੇ ਇਸੇ ਤਰ੍ਹਾਂ ਕਰ ਰਹੇ ਆ। ਤੁਹਾਨੂੰ 25 ਦਿਨ ਹੋ ਗਏ ਜੀ ਮੈਂ ਦੇਖ ਰਿਹਾ, ਹਰ ਰੋਜ਼ ਸੇਵਾ ਕਰਦੇ ਹੋ? ਹਾਂਜੀ ਹਾਂਜੀ ਬਿਲਕੁਲ, 25 ਦਿਨ ਹੋ ਗਏ। ਅੱਛਾ, ਵੈਸੇ ਤੁਸੀਂ ਜੌਬ ਕਰਦੇ ਹੋ ਜਾਂ ਵੈਸੇ ਕੀ ਕਰਦੇ ਹੋ? ਨਹੀਂ, ਮੇਰਾ ਆਪਣਾ, ਮੈਂ ਆਰਟਿਸਟ ਲਾਈਨ 'ਚ ਆ, ਫੀਲਡ 'ਚ ਆ, ਮੇਰਾ ਆਪਣਾ ਵਰਕ ਹੈ ਇੱਦਾਂ ਦਾ, ਮੈਂ ਜੌਬ ਨਹੀਂ ਕਰਦੀ। ਅੱਛਾ, ਇੱਥੇ ਕੀ ਸੋਚ ਕੇ ਜ਼ਹਿਨ ਦੇ ਵਿੱਚ ਆਇਆ ਕਿ ਇੱਥੇ ਜਾਣਾ ਚਾਹੀਦਾ, ਸਫਾਈ ਹੋਣੀ ਚਾਹੀਦੀ ਹੈ? ਦੇਖੋ ਇੱਥੇ ਮੈਂ ਪਹਿਲਾਂ ਵੀ ਕਿਹਾ ਸੀ ਹੈ ਨਾ ਕਿ ਸਾਰੇ ਆਪਣੇ ਹੀ ਨੇ ਅਤੇ ਇਹ ਮੋਰਚਾ ਇਕੱਲਾ ਇਹਨਾਂ ਦਾ ਨਹੀਂ ਹੈਗਾ, ਜੇ ਤਾਂ ਉਦੋਂ ਹੀ ਹੋਣੀ ਜੇ ਸਾਰੇ ਥੋੜ੍ਹਾ ਥੋੜ੍ਹਾ ਯੋਗਦਾਨ ਪਾਉਣਗੇ। ਅਤੇ ਜੋ ਜਿਵੇਂ ਆਪਾਂ ਦੇਖਦੇ ਹਾਂ ਵੱਡੇ ਆਪਣੇ ਬਜ਼ੁਰਗ ਹੈਗੇ ਨੇ, ਉਹੀ ਭਾਂਡੇ ਧੋ ਰਹੇ ਨੇ, ਉਹੀ ਲੰਗਰ ਵਰਤਾ ਰਹੇ ਨੇ, ਜੋ ਕਿ ਸਾਡੇ ਕੁੜੀਆਂ ਦਾ ਕੰਮ ਹੈ, ਉਹਨਾਂ ਦਾ ਨਹੀਂ ਹੈਗਾ, ਪਰ ਉਹ ਸਾਡੇ ਕਰਕੇ ਇੱਥੇ ਬੈਠੇ ਹੋਏ ਨੇ ਅਤੇ ਉਹਨਾਂ ਨੂੰ ਇਹ ਕੰਮ ਤੋਂ ਥੋੜ੍ਹਾ ਫ੍ਰੀ ਕਰਕੇ ਮੈਨੂੰ ਲੱਗਿਆ ਸਾਡੀ ਜ਼ਿੰਮੇਵਾਰੀ ਅਸੀਂ ਨਿਭਾ ਲਈਏ, ਸਫਾਈ ਜ਼ਰੂਰੀ ਹੈ ਤਾਂ ਕਰਕੇ ਅਸੀਂ। ਅੱਛਾ, ਇਹ ਨਹੀਂ ਹੋਇਆ ਵੀ ਇੱਕ ਅੱਧਾ ਦਿਨ, ਚਲੋ ਆਪਾਂ ਵੀ ਹਾਜ਼ਰੀ 'ਚ ਲਵਾ ਜਾਈਏ, ਕਈ ਲੋਕ ਇੱਕ ਅੱਧਾ ਦਿਨ ਹਾਜ਼ਰੀ ਲਵਾ ਜਾਂਦੇ ਆ, ਪਰ ਲਗਾਤਾਰ ਹੀ ਤੁਸੀਂ ਆ ਰਹੇ ਹੋ, ਕਦੋਂ ਕੁ ਤੱਕ ਆਉਂਦੇ ਰਹਿਣਾ ਇੱਦਾਂ? ਜਦ ਤੱਕ ਦੇਖੋ ਮੋਰਚਾ ਫਤਿਹ ਨਹੀਂ ਹੁੰਦਾ ਉਦੋਂ ਤੱਕ ਆਵਾਂਗੇ, ਜਦ ਤੱਕ ਧਰਨੇ ਆ ਜ਼ਰੂਰ ਆਵਾਂਗੇ। ਅਤੇ ਬਾਕੀ ਇੱਦਾਂ ਨਹੀਂ ਫੀਲ ਹੁੰਦਾ, ਬਲਕਿ ਘਰ ਜਾ ਕੇ ਦਿਲ ਨਹੀਂ ਲੱਗਦਾ, ਇੱਕ ਦਿਨ ਸਕਿੱਪ ਹੁੰਦਾ ਤਾਂ ਯਾਦ ਹੁੰਦੀ ਹਾਏ ਕੱਲ੍ਹ ਜਾਣਾ ਹੈ, ਕੱਲ੍ਹ ਜਾਣਾ, ਰਾਤ ਨੂੰ ਐਕਸਾਈਟਮੈਂਟ ਹੁੰਦੀ ਹੈ ਕੱਲ੍ਹ ਫਿਰ ਉੱਠ ਕੇ ਜਾਣਾ ਹੈ ਅਤੇ ਇੱਦਾਂ ਦਾ ਕੁਛ। ਡੇਲੀ ਲੁਧਿਆਣੇ ਤੋਂ ਆਉਂਦੇ ਹੋ? ਹਾਂਜੀ, ਲੁਧਿਆਣੇ ਤੋਂ ਆਉਂਦੇ ਹਾਂ। ਤਾਂ ਇਹ ਪਰਿਵਾਰ ਲੁਧਿਆਣੇ ਤੋਂ ਆਉਂਦਾ ਜੀ, ਕੁਝ ਲੋਕ ਇੱਥੇ ਲੋਕਲ ਪਰਿਵਾਰ ਜਿਹੜੇ ਨੇ ਉਹ ਹਿੱਸਾ ਬਣਦੇ ਨੇ। ਤਾਂ ਆਹ ਤਸਵੀਰਾਂ ਤੁਹਾਡੇ ਸਾਹਮਣੇ, ਆਹ ਲੜਕੀ ਦੀ ਵੀ ਤਸਵੀਰ ਤੁਹਾਡੇ ਤੱਕ ਪਹੁੰਚਾਉਣੀ ਜ਼ਰੂਰੀ ਹੈ। ਜਿਹੜੇ ਆਂਟੀ ਪਹਿਲਾਂ ਗੱਲ ਕਰ ਰਹੇ ਸੀ ਉਹਨਾਂ ਦੀ ਬੇਟੀ ਆ, ਇਹਨੂੰ ਜਦੋਂ ਦੇਖੀਦਾ ਜਾਂ ਬਰਤਨ ਸਾਫ਼ ਕਰ ਰਹੀ ਹੁੰਦੀ ਹੈ ਜਾਂ ਇਹਦੇ ਹੱਥ 'ਚ ਬੋਰਾ ਹੁੰਦਾ, ਹਰ ਰੋਜ਼ ਤੁਸੀਂ ਮੰਮੀ ਲੈ ਕੇ ਆਉਂਦੇ ਕਿ ਤੁਸੀਂ ਮੰਮੀ ਨੂੰ ਲਿਆਉਣੇ ਆ? ਮੰਮੀ ਨੂੰ ਮੈਂ ਲੈ ਕੇ ਆਉਂਦੀ ਹਾਂ। ਹਾਂਜੀ, ਕੀ ਕਿਵੇਂ ਸਮਝਦੇ ਹੋ ਇੱਥੇ ਜਿਸ ਤਰ੍ਹਾਂ ਮਾਹੌਲ ਦੇਖਿਆ ਤੁਸੀਂ, ਲਗਾਤਾਰ ਹਰ ਰੋਜ਼ ਲੱਗੇ ਦੇ ਰਹਿੰਦੇ ਹੋ? ਬਸ ਆਪਣੇ ਕਰਕੇ ਬੈਠੇ, ਉਹਨਾਂ ਕਰਕੇ ਅਸੀਂ ਇੱਥੇ ਆਉਂਦੇ, ਸਾਡਾ ਫਰਜ਼ ਇੱਥੇ ਆ ਕੇ ਸੇਵਾ ਕਰਨਾ, ਭਾਂਡੇ ਸਾਫ਼ ਕਰਨਾ, ਸਾਨੂੰ ਇੱਥੇ ਆ ਕੇ ਬੜਾ ਸਕੂਨ ਮਿਲਦਾ ਹੈ, ਘਰ ਜੀ ਨਹੀਂ ਲੱਗਦਾ, ਇੱਕ ਦਿਨ ਨਹੀਂ ਕਰੇ ਜੀ ਨਹੀਂ ਲੱਗਦਾ, ਇੱਥੇ ਮਤਲਬ ਕਿ ਬਹੁਤ ਸਕੂਨ ਹੈ, ਸਭ ਕੁਝ ਇੱਥੇ, ਸਾਰੀ ਟੈਨਸ਼ਨ ਫ੍ਰੀ ਹੋ ਜਾਂਦੀ ਹੈ ਇੱਥੇ ਆ ਕੇ। ਕਹਿੰਦੇ ਜਿੱਥੇ ਜਾਓ ਉਦਾਂ ਸਾਥ ਮਿਲ ਜਾਂਦਾ, ਤੁਸੀਂ ਇੱਥੇ ਆਓ ਤੁਹਾਡੇ ਨਾਲ ਲੁਧਿਆਣੇ ਵਾਲਾ ਪਰਿਵਾਰ ਤੁਹਾਨੂੰ ਮਿਲ ਗਿਆ ਉਦੋਂ? ਇਹ ਬਹੁਤ ਚੰਗੇ ਆ, ਬਹੁਤ ਵਧੀਆ ਨੇਚਰ ਇਹਨਾਂ ਦਾ, ਬਹੁਤ ਪਿਆਰ ਕਰਦੇ ਨੇ, ਸਾਨੂੰ ਆਪਣੇ ਨਾਲ ਹੀ ਰੱਖਦੇ ਆ, ਨਾਲ ਨਾਲ ਰਹਿੰਦੇ ਆ ਸਾਡੇ, ਅਸੀਂ ਉਹਨਾਂ ਚਿਰ ਨਹੀਂ ਜਾਵਾਂਗੇ ਜਿੰਨਾ ਚਿਰ ਇਹ ਮੋਰਚਾ ਫਤਿਹ ਨਹੀਂ ਹੁੰਦਾ। ਲਓ ਜੀ, ਕਹਿੰਦੇ ਨੇ ਕਿ ਜਿੰਨੀ ਦੇਰ ਮੋਰਚਾ ਫਤਿਹ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਸੇਵਾ ਚੱਲਦੀ ਰਹਿਣੀ ਆ। ਤਾਂ ਆਹ ਤਸਵੀਰਾਂ, ਆਹ ਨਿੱਕੂ ਜਿਹਾ ਵੀ ਮੈਂ ਰੋਜ਼ ਦੇਖਦਾ, ਇਹ ਵੀ ਇੱਦਾਂ ਹੀ ਹੁਣ ਵਿੱਚ ਮਸਤੀ ਵੀ ਕਰ ਲੈਂਦਾ ਤੇ ਵਿੱਚ ਵਿੱਚ ਇਹ ਸਫਾਈ ਵੀ ਕਰ ਲੈਂਦਾ। ਹਾਂਜੀ,
ਸਫਾਈ ਕਰਦੇ ਹੋ ਹਾਂਜੀ ਤਾਂ ਇਹ ਵੀ ਪਰਿਵਾਰ ਦੇ ਨਾਲ ਆਪਦੀ ਮੰਮੀ ਦੇ ਨਾਲ ਆਪਦੇ ਫਾਦਰ ਦੇ ਨਾਲ ਇਹ ਵੀ ਇੱਥੇ ਨਿੱਕੂ ਜਿਹਾ ਸੇਵਾ ਕਰਦਾ ਤੇ ਇਹ ਤਸਵੀਰਾਂ ਜੀ ਇਹ ਖਾਸ ਤਸਵੀਰ ਆ ਇਸ ਮੋਰਚੇ ਦੀ ਔਰ ਇੱਕ ਸੁਨੇਹਾ ਵੀ ਆ ਕਿ ਜਦੋਂ ਤੁਸੀਂ ਕਿਤੇ ਵੀ ਰਹਿੰਦੇ ਹੋ ਕਿਤੇ ਵੀ ਚਲੇ ਜਾਂਦੇ ਹੋ ਤਾਂ ਉਹ ਤੁਹਾਡਾ ਘਰ ਹੀ ਬਣ ਜਾਂਦਾ ਤਾਂ ਹੁਣ ਇਹ ਸੜਕ ਇਹ ਹਾਈਵੇ ਕਿਸਾਨਾਂ ਦਾ ਘਰ ਬਣਿਆ ਹੋਇਆ ਕਿਉਂਕਿ ਇੱਥੇ ਪੱਕਾ ਮੋਰਚਾ ਚੱਲ ਰਿਹਾ ਤਾਂ ਇਸ ਘਰ ਨੂੰ ਜਿਸ ਦੇ ਮੈਂਬਰਾਂ ਦੀ ਗਿਣਤੀ ਅਣਗਿਣਤ ਹੈ ਤਾਂ ਐਸੇ ਘਰ ਨੂੰ ਸਾਫ਼ ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ ਵੈਸੇ ਜੇ ਇੱਥੇ ਇਸ ਤਰ੍ਹਾਂ ਹੀ ਸਫਾਈ ਨਾ ਹੁੰਦੀ ਤਾਂ ਸ਼ਾਇਦ ਹੁਣ ਤਾਂ ਕੂੜੇ ਦੇ ਢੇਰ ਲੱਗ ਜਾਂਦੇ ਪਰ ਹੁਣ ਇੱਥੇ ਪੂਰੀ ਸਾਫ਼ ਸਫਾਈ ਹੈ ਤੇ ਸਾਫ਼ ਸਫਾਈ ਕਰ ਰਹੇ ਨੇ ਇਹ ਲੋਕ ਇਹ ਸੇਵਾਦਾਰ ਜਿਨ੍ਹਾਂ ਦੇ ਮਨ ਦੇ ਵਿੱਚ ਐਸੀ ਭਾਵਨਾ ਤਾਂ ਇਹ ਪੰਜਾਬ ਦਾ ਕਲਚਰ ਕਹਿ ਲਓ ਪੰਜਾਬੀਅਤ ਦਾ ਕਲਚਰ ਕਹਿ ਲਓ ਜਾਂ ਸਾਡੇ ਗੁਰੂਆਂ ਤੋਂ ਮਿਲੀ ਸਿੱਖਿਆ ਕਹਿ ਲਓ ਤਾਂ ਇਹ ਵੀ ਇੱਕ ਵੱਖਰੀ ਵਿਲੱਖਣ ਤਸਵੀਰ ਹੈ ਕਿਸਾਨ ਅੰਦੋਲਨ 2 ਦੇ ਸ਼ੰਭੂ ਬੈਰੀਅਰ ਤੇ ਚੱਲ ਰਹੇ ਮੋਰਚੇ ਦੀ ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ ਨਿਊਜ਼ 18 ਸ਼ੰਭੂ ਬੈਰੀਅਰ।